ਅੱਜ ਹੀ ਡਾਊਟਨਟ ਐਪ ਡਾਊਨਲੋਡ ਕਰੋ। ਡਾਊਟਨਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। हेलो एवरीवन, आज के क्वेश्चन ਦੇ ਵਿੱਚ ਅਸੀਂ ਪ੍ਰੋਡਕਟ ਫਾਈਂਡ ਕਰਨਾ ਹੈ ਸੂਟੇਬਲ ਰੀਅਰੇਂਜਮੈਂਟ। ਮੀਨਸ ਆਪਣੇ ਕੋਲ ਰੀਅਰੇਂਜਮੈਂਟ ਕਰਵਾ ਕੇ ਅਸੀਂ ਪ੍ਰੋਡਕਟ ਫਾਈਂਡ ਕਰਨਾ ਹੈ 8 into 291 into 125। ਸੋ ਆਓ ਅਸੀਂ ਇਸਦਾ ਸੋਲੂਸ਼ਨ ਦੇਖਦੇ ਹਾਂ। ਸੋ ਸਭ ਤੋਂ ਪਹਿਲਾਂ ਸਾਡੇ ਕੋਲ ਗਿਵਨ ਹੈ ਜਿਸਦਾ ਪ੍ਰੋਡਕਟ ਫਾਈਂਡ ਕਰਨਾ ਹੈ 8 into 291 into 125। ਕਿਹੜਾ ਮੈਟ੍ਰਿਕਸ ਅਪਲਾਈ ਕਰਨਾ ਹੈ ਸੂਟੇਬਲ ਰੀਅਰੇਂਜਮੈਂਟ ਦਾ। ਇਸ ਹਿਸਾਬ ਨਾਲ ਰੀਅਰੇਂਜਮੈਂਟ ਅਸੀਂ ਕਰਵਾਵਾਂਗੇ ਕਿ ਸਾਡੀ ਪ੍ਰੋਡਕਟ ਜੋ ਕਰਨੀ ਹੈ ਉਹ ਸੌਖੀ ਹੋ ਜਾਏ। ਸੋ ਜੇਕਰ ਅਸੀਂ ਕੋਈ ਦੋ ਨੰਬਰ ਪਹਿਲਾਂ ਇਹੋ ਜਿਹੇ ਚੂਜ਼ ਕਰ ਲਈਏ ਜਿਹਨਾਂ ਨੂੰ ਮਲਟੀਪਲਾਈ ਕਰਵਾ ਕੇ ਜੋ ਪਿਛਲੀਆਂ ਟਰਮਸ ਨੇ ਉਹ ਜ਼ੀਰੋ ਪਾਉਂਦੀਆਂ ਨੇ, ਤਾਂ ਸਾਡਾ ਮਲਟੀਪਲਾਈ ਕਰਨਾ ਸੌਖਾ ਹੋ ਜਾਏਗਾ। ਸੋ ਜੇਕਰ ਇੱਥੇ ਦੇਖੀਏ ਅਸੀਂ, ਜੇਕਰ 291 ਨੂੰ 8 ਨਾਲ ਕਰਵਾਉਂਦੇ ਹਾਂ ਤਾਂ ਵੀ ਕੁਛ ਪਿੱਛੇ ਜ਼ੀਰੋ ਨਹੀਂ ਆਏਗਾ। 291 ਨੂੰ 125 ਨਾਲ ਕਰਵਾਉਂਦੇ ਹਾਂ ਤਾਂ ਵੀ ਕੁਛ ਪਿੱਛੇ ਜ਼ੀਰੋ ਨਹੀਂ ਆਏਗਾ। ਜੇਕਰ ਅਸੀਂ ਇੱਥੇ ਗੱਲ ਕਰੀਏ 8 ਦੀ ਤੇ 125 ਦੀ, ਸੋ 8 ਨੂੰ 125 ਨਾਲ ਪਹਿਲਾਂ ਮਲਟੀਪਲਾਈ ਕਰਵਾ ਲਈਏ, ਫਿਰ ਬਾਅਦ ਚ ਉਸਨੂੰ 291 ਦੇ ਨਾਲ ਮਲਟੀਪਲਾਈ ਕਰਵਾ ਲਈਏ। ਸੋ ਹੇਅਰ ਇੱਥੇ ਕਿੰਨਾ ਆ ਜਾਏਗਾ, ਜੇਕਰ 8 ਨੂੰ 125 ਨਾਲ ਕਰਵਾ ਲਈਏ ਤਾਂ ਸਾਡੇ ਕੋਲ ਆ ਜਾਂਦਾ ਹੈ 1000 ਮਲਟੀਪਲਾਈ 291। ਸੋ ਇਟ ਮੀਨਸ ਇੱਥੇ ਸਾਡੇ ਕੋਲ ਸੌਖਾ ਹੀ ਆਂਸਰ ਨਿਕਲ ਜਾਏਗਾ। ਕਿੰਨਾ ਆ ਜਾਏਗਾ 291 ਵਿੱਚ ਕਿੰਨੀਆਂ ਜ਼ੀਰੋਸ, 3 ਜ਼ੀਰੋਸ। ਸੋ ਹੇਅਰ ਇਹ ਸਾਡਾ ਆਂਸਰ ਆ ਗਿਆ ਬਾਏ ਸੂਟੇਬਲ ਰੀਅਰੇਂਜਮੈਂਟ। ਥੈਂਕ ਯੂ।